ਤੀਜੇ ਦਿਨ ਯੋਨਾ ਖਾਗੇ ਜਗ੍ਹਾ ਤੇ ਆਪਣੇ ਚੇਲੋ ਮੇ ਬਿਓ ਚੇਲੋ ਭੇੜੋ ਉਭੋ ਹਤੋ। ਜਦੇ ਉਹ ਪ੍ਰਭੂ ਯਸੂ ਨੇ ਉਥੋਂ ਮਟਤੋ ਡਿੱਠੋ ਤੋ ਕਹੋ ਕਿ ਜੋ ਇਹ ਈਸ਼ਵਰੋ ਘੇਟੋ ਹੈ। ਜਦੇ ਉਹ ਬਿਓ ਚੇਲੋ ਯੋਨਾ ਰੀ ਇਹ ਬਾਤ ਸੁਣੀ ਤੋ ਪ੍ਰਭੂ ਯਸੂ ਲਾਰੇ ਬਹਿਣ ਲਾਗਾ। ਪ੍ਰਭੂ ਯਸੂ ਪਾਛਲ ਫੋਰੇ ਉਹਨੇ ਆਪਣੀ ਖਾਵਤੇ ਡਿੱਠਾ ਤੂੰ ਉਹ ਪੁੱਛੋ ਕਿ ਤੇ ਕੀ ਜੋ ਹੋ। ਉਹ ਕਹੋ ਕਿ ਰੱਬੀ, ਰੱਬੀ ਰੋ ਮਤਲਬ ਹੈ ਗੁਰੂ ਜੀ। ਤੇ ਕਿਹ ਥਰੋ ਹੋ। ਪ੍ਰਭੂ ਯਸੂ ਨੇ ਬੜਤੀ ਦਿਨੀ ਕਿ ਆਓ ਤੇ ਆਪ ਜੋ। ਉਹ ਅਟਕਲ ਸ਼ਾਮ ਰੋ ਚਾਰੋ ਟਾਈਮ ਹਤੋ ਜਦੇ ਉਹ ਭੇੜਾ ਗਿਆ ਹਨ ਉਹ ਜਗ੍ਹਾ ਡਿੱਠੀ ਜਿਤ ਪ੍ਰਭੂ ਯਸੂ ਰਹਿਤੋ। ਪਛੇ ਉਹ ਹਜੋ ਦਿਨ ਉਹ ਭੇੜਾ ਰਿਹਾ। ਇਹ ਬਈ ਜਕੋ ਯੋਨਾ ਰੀ ਬਾਤ ਸੁਣੇ ਪ੍ਰਭੂ ਯਸੂ ਲਾਰੇ ਗਿਆ ਹਤਾ ਉਹ ਮੈਂ ਇੱਕ ਇੰਦਰਿਆਸ ਹਤੋ ਜਕੋ ਸ਼ਮੂਨ ਪਤਰਸ ਰੋ ਭਾਈ ਹਤੋ। ਇੰਦਰਿਆਸ ਖਜੋ ਹੋ ਪੇਲ ਆਪਣੇ ਭਾਈ ਸ਼ਮੂਨ ਹੋ ਮਿਲਿਓ ਹਾਨ ਮੁਨ ਖੁਣਾਇਓ ਕਿ ਉਹਨੇ ਮਸੀਹ ਮਿਲਿਓ ਰੋ। ਮਸੀਹ ਰੋ ਮਤਲਬ ਹੈ ਈਸ਼ਵਰ ਚੁੰਝੋ ਰੋ ਬਾਦਸ਼ਾਹ। ਪਛੇ ਉਹ ਸ਼ਮੂਨ ਨੇ ਵੀ ਪ੍ਰਭੂ ਯਸੂ ਕਟੇ ਲੈ ਆਇਓ। ਪ੍ਰਭੂ ਯਸੂ ਨੇ ਜੋ ਕਹੋ ਕਿ ਤੂੰ ਯੋਨਾ ਰੋ ਨਿਕਰੋ ਸ਼ਮੂਨ ਹੈ ਆਜ ਹੋ ਥਾਰੋ ਨੋ ਕੈਫਾ ਹੋਸ਼ੇ। ਕੈਫਾ ਨੇ ਯੂਨਾਨੀ ਬੋਲੀ ਮੈਂ ਪਤਰਸ ਕਹਿ ਹੈ ਜੇਕਰ ਮਤਲਬ ਹੈ ਪੱਥਰ। ਬੀਜੇ ਦਿਨ ਪ੍ਰਭੂ ਯਸੂ ਗਲੀਲ ਸੂਬੇ ਦਿਖਾ ਜਾਣ ਰੋ ਖੋਚੋ। ਉਹ ਓਥ ਜਾਏ ਫਿਲਪਸ ਹੋ ਮਿਲਿਓ ਹਾਨੂ ਨੇ ਕਹੋ ਕਿ ਮਾਰੋ ਚੇਲੋ ਹੋਏ ਮੈਂ ਲਾਰੇ ਬੈ। ਫਿਲਪਸ ਬੇਦ ਸੀਧਾ ਸ਼ਹਿਰ ਰੋ ਰਹਿਣ ਵਾਲੋ ਹਤੋ ਜੇ ਇੰਦਰਿਆਸ ਹਨ ਪਤਰਸ ਵੀ ਰੇਤਾ। ਪਛੇ ਫਿਲਪਸ ਨਤੀਨੀਲ ਖੋ ਮਿਲਿਓ ਹਾਨੂ ਨੇ ਖੁਣਾਇਓ ਕਿ ਉਹ ਮੋਨੇ ਮਿਲਿਓ ਰੋ ਜਕਰ ਬਾਰੇ ਮੈਂ ਮੂਸਾ ਨਬੀ ਤੋਰੇਤ ਸ਼ਾਸਤਰ ਮੈਂ ਖੁਣਾਇਓ ਹੈ ਹਾਂ ਨਬੀਓ ਲਿਖਿਓ ਹੈ ਉਹ ਯੂਸਫ ਰੋ ਨਿਕਰੋ ਯਸੂ ਹੈ ਜੇਕੋ ਨਾਸਰਤ ਸ਼ਹਿਰ ਵਾਲੋ ਹੈ। ਇਹ ਤੇ ਨਤੀਨੀਲ ਉਹਨੇ ਕਹੋ ਕਿ ਇਹ ਕੀ ਕਰੋ ਹੈਗੇ ਹੈ ਕਿ ਨਾਸਰਤ ਸ਼ਹਿਰ ਖੋ ਉਹ ਖੁੱਠੀ ਸ਼ਹਿਰ ਨਿਕਰੇ ਹੈਗੇ ਹੈ। ਫਿਲਪਸ ਉਹਨੇ ਕਹੋ ਕਿ ਹਾਲੇ ਤੂੰ ਆਪ ਜੋ। ਜਦੇ ਪ੍ਰਭੂ ਯਸੂ ਨਤੀਨੀਲ ਨੇ ਆਪ ਕਦੇ ਆਪ ਤੋਂ ਡਿੱਠੋ ਤੋ ਉਹਦੇ ਬਾਰੇ ਮੈਂ ਕਹੋ ਕਿ ਇਹ ਅਸਲ ਇਸਰਾਇਲੀ ਹੈ ਕਿਉਂਕਿ ਇਹਦੇ ਮਨ ਮੈਂ ਠੱਗੀ ਕੋਨੀ। ਇਹ ਤੇ ਨਤੀਨੀਲ ਪ੍ਰਭੂ ਯਸੂ ਖੋ ਪੁੱਛੋ ਕਿ ਥੇ ਮਨੇ ਕੀ ਕਰੋੜ ਖੋ ਹੋ। ਪ੍ਰਭੂ ਯਸੂ ਇਹਨੇ ਕਹੋ ਕਿ ਜਦੇ ਫਿਲਪਸ ਥਨੇ ਅਣਾਇਓ ਹਤੋ ਉਹ ਖੋ ਪੇਲ ਮੈਂ ਤਨ ਅੰਜੀਰ ਬਣ ਹੇਠਾ ਡਿੱਠੋ ਹਤੋ। ਇਹ ਤੇ ਨਤੀਨੀਲ ਕਹੋ ਕਿ ਗੁਰੂ ਜੀ ਤੂੰ ਈਸ਼ਵਰ ਡਿਕਰੋ ਹੈ ਹਾਂ ਤੂੰ ਇਸਰਾਇਲੀ ਕੌਮ ਰੋ ਬਾਦਸ਼ਾਹ ਹੈ। ਪ੍ਰਭੂ ਯਸੂ ਇਹਨੇ ਕਹੋ ਕਿ ਕੀ ਤੂੰ ਯਾਰ ਕਰੇ ਵਿਸ਼ਵਾਸ ਰੱਖਿਆ ਹੈ ਕਿ ਮੈਂ ਥਨੇ ਖੁਣਾਇਓ ਕਿ ਮੈਂ ਥਨੇ ਅੰਜੀਰ ਬਣ ਹੇਠਾ ਡਿੱਠੋ ਹਤੋ। ਤੂੰ ਇਹ ਖੋ ਵੀ ਵਧੀਕ ਮੋਟਾ ਕੌਮ ਦੇਖੀ। ਪ੍ਰਭੂ ਯਸੂ ਇਹਨੇ ਕਹੋ ਕਿ ਪਛੇ ਪ੍ਰਭੂ ਯਸੂ ਕਹੋ ਕਿ ਹੂੰ ਤੁਹਾਨੂੰ ਖਾਚੀ ਕਹੋ ਕਿ ਤੇ ਆਕਾਸ਼ ਨੇ ਖੁਲਿਓੜੋ ਹਨ ਈਸ਼ਵਰ ਫਰਿਸ਼ਤੋਂ ਨੇ ਉੱਚਾ ਜਾਵਤੇ ਹਨ ਮੈਂ ਮਨੁਸ਼ ਪੁੱਤਰ ਨੇ ਉਤਰਤੇ ਦੇਖਿਓ।